ਜੇ ਤੈਨੂੰ ਮੈਂ ਭਾਬੀ ਫੜ ਲਿਆ ਨਾ ਤਾਂ ਤੈਨੂੰ ਛਡਾਉਣ ਵਾਲਾ ਵੀ ਕੋਈ ਨਹੀਂ ਹੈਗਾ। ਤੁਸੀਂ ਮੈਨੂੰ ਕੰਮ ਤੇ ਰੱਖ ਸਕਦੇ ਹੋ? ਜਿਹੜਾ ਵਿਚੋਲਾ ਉਹ ਤੇਰੇ ਤਾਏ ਦਾ ਦੋਸਤ ਆ। ਅੰਕਲ ਜੀ ਆਪਣੇ ਘਰ ਦੀ ਕੁੜੀ ਆ। ਪੁੱਤ ਜਿਹੜੀ ਕੁੜੀ ਦੀ ਤੂੰ ਗੱਲ ਕਰਦਾ ਉਹਦਾ ਰਿਸ਼ਤਾ ਤਾਂ ਮੈਂ ਹੀ ਕਰਵਾਇਆ ਹੈ। ਬੜੀ ਲੰਬੀ ਉਮਰ ਆ ਪੁੱਤ ਤੇਰੀ, ਮੈਂ ਤੈਨੂੰ ਫੋਨ ਕਰਨ ਲੱਗੀ ਸੀ, ਨਾਲ ਹੀ ਤੇਰਾ ਫੋਨ ਆ ਗਿਆ। ਮੰਮੀ ਕਿਉਂ ਝੂਠ ਬੋਲੀ ਜਾਂਦੇ ਹੋ? ਤੁਸੀਂ ਕਦੋਂ ਫੋਨ ਕਰਦੇ ਹੋ ਮੈਨੂੰ? ਤੁਸੀਂ ਤਾਂ ਇਹ ਕਹਿੰਦੇ ਹੋ ਵੀ ਕੁੜੀ ਵਿਆਹਤੀ ਤੇ ਰਿਸ਼ਤਾ ਹੀ ਖਤਮ ਕਰਤਾ। ਕੁੜੀਏ ਐਂ ਕਦੋਂ ਬੋਲੀ ਜਾਂਦੀ ਆ? ਨਹੀਂ ਬੋਲਾਂ ਨਾ ਤਾਂ ਹੋਰ ਕੀ ਕਰਾਂ ਮੰਮੀ, ਘਰ 'ਚ ਕੋਈ ਗੱਲ ਹੁੰਦੀ ਆ ਤੁਸੀਂ ਮੈਨੂੰ ਦੱਸਣੀ ਜ਼ਰੂਰੀ ਨਹੀਂ ਸਮਝਦੇ? ਅਤੇ ਉੱਤੋਂ ਤਾਇਆ ਜੀ ਨੇ ਮੈਨੂੰ ਤਾਂ ਰਿਸ਼ਤਾ ਪੱਕਾ ਕਰਤਾ ਅਤੇ ਮੈਨੂੰ ਦੱਸਿਆ ਵੀ ਨਹੀਂ ਤੁਸੀਂ। ਦੇਖ ਪੁੱਤ ਹਲੇ ਕੱਲ੍ਹ ਤਾਂ ਗੱਲ ਪੱਕੀ ਹੋਈ ਆ, ਮੈਂ ਤੈਨੂੰ ਫੋਨ ਕਰਨਾ ਹੀ ਸੀ ਪਰ ਤੂੰ ਪਹਿਲਾਂ ਹੀ ਫੋਨ ਕਰ ਲਿਆ ਮੈਨੂੰ। ਮੰਮੀ ਮੈਨੂੰ ਇੱਕ ਗੱਲ ਦੱਸੋ, ਮਿੰਦੋ ਖੁਸ਼ ਹੈ ਇਹ ਰਿਸ਼ਤੇ ਤੋਂ ਕਿ ਤਾਇਆ ਜੀ ਨੇ ਉਹਦੇ ਨਾਲ ਧੱਕਾ ਕੀਤਾ? ਖੁਸ਼ ਦਾ ਤਾਂ ਮੈਨੂੰ ਪਤਾ ਨਹੀਂ ਪਰ ਉਹਦੀ ਹਾਂ ਤੋਂ ਬਾਅਦ ਮੁੰਡੇ ਵਾਲਿਆਂ ਨੇ ਵੀ ਹਾਂ ਕਰ ਦਿੱਤੀ। ਅੱਛਾ, ਮਿੰਦੋ ਨੇ ਹਾਂ ਕੀਤੀ ਆ? ਹਾਂ ਪੁੱਤ, ਹੁਣ ਤਾਂ ਤੇਰੀ ਤਾਈ ਵੀ ਮੰਨ ਗਈ ਸੀ ਗੁਰੀ ਦੇ ਦੋਸਤ ਨਾਲ ਇਹਦੀ ਗੱਲ ਕਰਨ ਨੂੰ, ਪਰ ਤੇਰੇ ਤਾਏ ਕੋਲੇ ਗੱਲ ਪਹੁੰਚਣ ਤੋਂ ਪਹਿਲਾਂ ਹੀ ਤੇਰੇ ਤਾਏ ਨੇ ਰਿਸ਼ਤਾ ਕਿਤੇ ਹੋਰ ਪੱਕਾ ਕਰਤਾ। ਤੂੰ ਹੈ ਕਿੱਥੇ ਹੁਣ? ਮੈਂ ਮੰਮੀ ਰਾਂਝੇ ਦੇ ਘਰੇ ਹੀ ਬੈਠੀ ਹਾਂ। ਦੇਖ ਪੁੱਤ ਤੇਰੇ ਤਾਏ ਦੇ ਫੈਸਲੇ ਮੂਹਰੇ ਨਾ ਕੋਈ ਨਹੀਂ ਬੋਲਦਾ, ਇਹ ਤੈਨੂੰ ਵੀ ਪਤਾ। ਇਸ ਕਰਕੇ ਨਾ ਤੂੰ ਉਸ ਮੁੰਡੇ ਨੂੰ ਕਹਿ ਦੇ ਵੀ ਹੁਣ ਤੂੰ ਮਿੰਦੋ ਨੂੰ ਭੁੱਲ ਜਾ। ਠੀਕ ਆ ਮੰਮੀ। ਦੇਖ ਯਾਰਾ, ਜਦ ਤੱਕ ਆਪਾਂ ਨੂੰ ਉਹਦੇ ਰਿਸ਼ਤੇ ਬਾਰੇ ਕੁਛ ਪਤਾ ਨਹੀਂ ਨਾ ਸੀ, ਆਪਾਂ ਬਹੁਤ ਕੁਛ ਕੀਤਾ, ਪਰ ਹੁਣ ਮੈਨੂੰ ਕੁਛ ਸਹੀ ਨਹੀਂ ਲੱਗਦਾ। ਮੁੜਿਆ ਮੇਰੇ ਯਾਰਾ। ਦੇਖ ਪੁੱਤ, ਜਦ ਤੇਰੇ ਉਹਦੇ ਨਾਲ ਸੰਜੋਗ ਹੀ ਨਹੀਂ ਲਿਖੇ ਫਿਰ ਤੂੰ ਕਿਉਂ ਟੱਕਰਾਂ ਮਾਰੀ ਜਾਂਦਾ? ਆਂਟੀ ਜੀ ਬਿਲਕੁਲ ਸਹੀ ਕਹਿੰਦੇ ਪਏ ਨੇ ਯਾਰ, ਰੱਬ ਨੇ ਤੁਹਾਡਾ ਮੇਲ ਲਿਖਿਆ ਹੀ ਨਹੀਂ, ਤੁਹਾਡੇ ਦੋਹਾਂ ਦੇ ਤਾਂ ਰਸਤੇ ਹੀ ਅੱਡੋ ਅੱਡ ਕਰਤੇ। ਵੀਰੇ ਮੈਨੂੰ ਤੁਹਾਡੇ ਲਈ ਬਹੁਤ ਬੁਰਾ ਲੱਗ ਰਿਹਾ ਪਰ ਕਿਸੇ ਦੇ ਜਾਣ ਨਾਲ ਜ਼ਿੰਦਗੀ ਖਤਮ ਨਹੀਂ ਹੁੰਦੀ। ਮਿੰਦੋ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਨਵੇਂ ਸਿਰੋਂ ਤੋਂ ਕੀਤੀ ਆ ਅਤੇ ਤੁਸੀਂ ਵੀ ਆਹ ਸਭ ਛੱਡ ਕੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਲਓ। ਦੇਖਿਆ ਘਰ 'ਚ ਕਲੇਸ਼ ਪਾ ਕੇ ਸਾਈਡ 'ਤੇ ਬੈਠੀ ਆ। ਪੁੱਤ ਕਿਉਂ ਬੋਲੀ ਜਾਂਦਾ, ਹੁਣ ਤਾਂ ਮੁੰਡਾ ਦੇਖ ਲਿਆ ਨਾ ਉਹਦੇ ਲਈ ਤੇਰੇ ਬਾਪੂ ਨੇ, ਹੁਣ ਤਾਂ ਉਹਦੇ ਰਿਸ਼ਤੇ ਦੀ ਗੱਲ ਚੱਲਦੀ ਆ, ਹੁਣ ਤਾਂ ਤੂੰ ਗੱਲ ਛੱਡ ਦੇ। ਉਹ ਕਿਵੇਂ ਛੱਡਦਾ ਗੱਲ? ਦੇਖਿਆ ਸੀ ਚਾਚਾ ਚਾਚੀ ਸਾਹਮਣੇ ਮੇਰੀ ਕਿਵੇਂ ਬੇਇੱਜ਼ਤੀ ਕਰਕੇ ਗਈ ਸੀ, ਉੱਤੋਂ ਦੀ ਕਹਿੰਦੀ ਪਰ ਤਾਂ ਤੇਰੇ ਵੀ ਨਿਕਲੇ ਸੀ ਉਦੋਂ ਤਾਂ ਕਿਸੇ ਨੇ ਕੱਟੇ ਹੀ ਨਹੀਂ, ਅਤੇ ਉੱਤੋਂ ਕਹਿ ਕੇ ਗਈ ਆ ਕਿ ਕੁੜੀ ਅਤੇ ਮੁੰਡੇ 'ਚ ਫਰਕ ਰੱਖ ਦਿਓ। ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਕਿ ਸਾਰਾ ਕਸੂਰ ਮਿੰਦੋ ਦਾ ਤਾਂ ਜਿਹੜਾ ਥੱਪੜ ਗਗਨ ਦੇ ਪਿਆ ਇਹਦੇ ਨਾ ਪੈਂਦਾ, ਮਿੰਦੋ ਦੇ ਪੈਂਦਾ। ਅਸਲ 'ਚ ਨਾ ਸ਼ੁਰੂ ਤੋਂ ਹੀ ਰੀਤ ਚੱਲੀ ਆਉਂਦੀ ਹੈ ਵੀ ਮਾਵਾਂ ਆਪਣੀਆਂ ਧੀਆਂ ਦੀਆਂ ਗਲਤੀਆਂ 'ਤੇ ਤਾਂ ਪੜਦੇ ਪਾਉਂਦੀਆਂ ਨੇ ਪਰ ਬੇਗਾਨੀਆਂ ਧੀਆਂ ਨੂੰ ਬਿਨਾਂ ਵਜ੍ਹਾ ਬਦਨਾਮ ਕਰਦੀਆਂ ਨੇ ਅਤੇ ਮੰਮੀ ਜੀ ਵੀ ਉਹੀ ਫੋਲੋ ਕਰ ਰਹੇ ਨੇ। ਤੂੰ ਤਾਂ ਚੁੱਪੇ ਰਹਿ। ਦੇਖ ਲਿਆ ਅਮਰ, ਮੰਮੀ ਜੀ ਨੂੰ ਤਾਂ ਮੈਂ ਬੋਲਦੀ ਵੀ ਮਾੜੀ ਲੱਗਦੀ ਹਾਂ। ਰੋਟੀ ਖਾਣਾ ਪੁੱਤ? ਚੱਲ ਵਧੀਆ, ਸਾਰੇ ਇਕੱਠੇ ਹੀ ਬੈਠੇ ਹੋ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਹਾਂਜੀ ਹਾਂਜੀ ਬਾਪੂ ਜੀ, ਬੈਠੋ, ਕਰੋ, ਕੀ ਗੱਲ ਕਰਨੀ ਆ? ਉਹ ਗੱਲ ਤਾਂ ਯਾਰ ਸਿੰਪਲ ਜੀ ਆ,
ਪਹਿਲਾਂ ਤਾਂ ਆਪਾਂ ਮਿੰਦੋ ਦਾ ਵਿਆਹ ਹਜੇ ਕਰਨਾ ਨਹੀਂ ਸੀ। ਚੱਲ ਹੁਣ ਇਹਨਾਂ ਨੇ ਹੱਲਾ ਹੀ ਚੱਕ ਲਿਆ ਕਿ ਵਿਆਹ ਕਰ ਦਿਓ। ਇਹ ਦੱਸੋ ਟੂਮਾ 'ਚ ਕੀ ਪਾਉਣਾ ਜੀ? ਮੈਂ ਤੁਹਾਨੂੰ ਐਂ ਕਹਿੰਦੀ ਸੀ, ਜਿਹੜਾ ਮੇਰਾ ਸੋਨੇ ਦਾ ਹਾਰ ਆ ਤੁਸੀਂ ਮਿੰਦੋ ਨੂੰ ਉਹੀ ਪਾ ਦਿਓ। ਮੈਂ ਕਿਹੜਾ ਪਾਇਆ, ਨਾਲੇ ਮੈਂ ਰੱਖਿਆ ਵੀ ਉਹਦੇ ਲਈ ਹੋਇਆ। ਉਹ ਨਹੀਂ, ਆਪਣੇ ਵਿਆਹ ਨੂੰ ਕਿੰਨੇ ਸਾਲ ਹੋ ਗਏ, ਪੁਰਾਣਾ ਡਿਜ਼ਾਈਨ ਨਹੀਂ ਪਾਉਣਾ ਕੁੜੀ ਨੂੰ, ਨਵੇਂ ਡਿਜ਼ਾਈਨ ਦੇ ਪਾਉਣੇ ਆ। ਅੱਜ ਕਹਿੰਦੀ ਕੰਨ ਬਣਾਓ, ਕੱਲ ਨੂੰ ਵਾਲੀਆਂ ਪਵਾਉਣ ਨੂੰ ਵੀ ਕਹੇਗੀ। ਮੈਂ ਨਹੀਂ ਬਣਵਾਉਂਦਾ ਕੰਨ। ਗਗਨ ਪੁੱਤ ਉਰੇ ਆ, ਤੈਨੂੰ ਕਿਵੇਂ ਲੱਗੀ ਮੇਰੀ ਸਲਾਹ? ਠੀਕ ਕਿਹਾ ਨਾ ਮੈਂ, ਨਵੇਂ ਡਿਜ਼ਾਈਨ ਦੇ ਪਾਉਣੇ ਚਾਹੀਦੇ ਆ। ਮੈਨੂੰ ਤਾਂ ਬਾਪੂ ਜੀ ਤੁਸੀਂ ਨਾ ਹੀ ਪੁੱਛੋ ਵੀ ਕੀ ਠੀਕ ਆ ਤੇ ਕੀ ਗਲਤ ਆ। ਆਪਣੀ ਵਾਰੀ ਤਾਂ ਬਾਪੂ ਜੀ ਸਾਰੇ ਹੀ ਸਿਆਣੇ ਬਣ ਜਾਂਦੇ ਨੇ ਵੀ ਕੀ ਕਰਨਾ ਚਾਹੀਦਾ ਤੇ ਕੀ ਨਹੀਂ। ਜਦੋਂ ਦੀ ਮੈਂ ਵਿਆਹ ਕੇ ਆਈ ਹਾਂ, ਨਾ ਤਾਂ ਕਿਸੇ ਨੇ ਕੋਈ ਮੇਰਾ ਸ਼ਗਨ ਕੀਤਾ ਤੇ ਨਾ ਮੈਨੂੰ ਕੋਈ ਗਹਿਣਾ ਗੱਟਾ ਜੁੜਿਆ। ਹੁਣ ਦੂਜੇ ਦੀ ਖੁਸ਼ੀ ਵਿੱਚ ਵੀ ਤਾਂ ਉਹੀ ਬੰਦਾ ਖੁਸ਼ ਹੋਊਗਾ ਜਿਹਨੂੰ ਆਪ ਸਾਰਾ ਕੁਛ ਮਿਲਿਆ ਹੋਵੇ। ਜਿਹੜੀਆਂ ਇੱਜ਼ਤ ਨਾਲ ਵਿਆਹ ਕੇ ਆਉਂਦੀਆਂ ਨੇ, ਸ਼ਗਨ ਉਹਨਾਂ ਦੇ ਹੁੰਦੇ ਨੇ ਤੇ ਗਹਿਣੇ ਉਹ ਵੀ ਉਹਨਾਂ ਨੂੰ ਜੁੜਦੇ ਹੁੰਦੇ ਆ, ਨਾ ਕਿ ਘਰੋਂ ਭੱਜ ਕੇ ਆਈਆਂ ਦੇ। ਰੋਜੀ ਕੀ ਬੋਲੀ ਜਾਂਦੀ ਆ ਤੂੰ? ਉਰੇ ਆ ਗਗਨ ਪੁੱਤ, ਇਹ ਮੇਰੀ ਨੂੰਹ ਨਹੀਂ ਧੀ ਆ। ਧੀਆਂ ਤਾਂ ਵਿਆਹ ਕੇ ਚਲੀਆਂ ਜਾਂਦੀਆਂ ਨੇ, ਰਹਿਣਾ ਤਾਂ ਆਪਣੇ ਕੋਲ ਇਹਨੇ ਹੀ ਆ। ਗਗਨ ਪੁੱਤ ਕੋਈ ਗੱਲ ਨਹੀਂ, ਤੈਨੂੰ ਜਿਹੜੀ ਵੀ ਚੀਜ਼ ਚਾਹੀਦੀ ਆ ਤੂੰ ਮੈਨੂੰ ਦੱਸ, ਮੈਂ ਸੁਨਿਆਰੇ ਨੂੰ ਕਹਿ ਦਿੰਦਾ। ਜਿਹੜੇ ਗਹਿਣੇ ਮਿੰਦੂ ਨੂੰ ਬਣਵਾ ਕੇ ਦੇਣੇ ਨੇ ਉਹ ਤੈਨੂੰ ਵੀ ਬਣਾ ਦੂਗਾ। ਥੈਂਕ ਯੂ ਸੋ ਮੱਚ ਬਾਪੂ ਜੀ, ਇਸ ਘਰ 'ਚ ਸਿਰਫ ਤੁਸੀਂ ਮੇਰੇ ਬਾਰੇ ਸੋਚਦੇ ਹੋ। ਉਹ ਸੋਚੂਗਾ ਕਿਉਂ ਨਹੀਂ, ਤੂੰ ਨੂੰਹ ਆ ਮੇਰੀ। ਅਮਰ ਚੱਲ ਆ, ਆਪਾਂ ਸੁਨਿਆਰੇ ਕੋ ਜਾ ਆਈਏ। ਚਲੋ ਬਾਪੂ ਜੀ। ਰੁਕੋ ਮੰਮੀ ਜੀ, ਅਮਰ ਤੇ ਪਾਪੂ ਜੀ ਗਏ ਕੀ? ਤੁਸੀਂ ਤਾਂ ਪੀਟੀ ਊਸ਼ਾ ਬਣ ਕੇ ਭੱਜਣ ਲੱਗ ਗਏ। ਮੰਮੀ ਜੀ, ਗਹਿਣੇ ਤਾਂ ਹੁਣ ਮੈਨੂੰ ਵੀ ਬਰਾਬਰ ਮਿਲ ਹੀ ਜਾਣਗੇ, ਚਾਹੇ ਮੈਂ ਇੱਜ਼ਤ ਨਾਲ ਆਈ ਹਾਂ ਚਾਹੇ ਮੈਂ ਭੱਜ ਕੇ ਆਈ ਹਾਂ। ਕੀ ਸੋਚ ਕੇ ਤੁਸੀਂ ਇਹ ਤਾਨਾ ਮਾਰਿਆ ਮੈਨੂੰ ਵੀ ਸਿਰਫ ਇੱਜ਼ਤ ਨਾਲ ਆਈਆਂ ਨੂੰ ਹੀ ਗਹਿਣੇ ਮਿਲਦੇ ਹੁੰਦੇ ਆ? ਮੈਂ ਕਿਹੜਾ ਝੂਠ ਕਿਹਾ? ਜਿਹੜੇ ਧੀ ਪੁੱਤ ਮਾਂ ਪਿਓ ਦੀ ਮਰਜ਼ੀ ਨਾਲ ਆਉਂਦੇ ਨੇ, ਚਾ ਲਾੜ ਵੀ ਉਹਨਾਂ ਦੇ ਹੀ ਹੁੰਦੇ ਨੇ, ਤੇ ਜਿਹੜੇ ਮਾਂ ਪਿਓ ਨੂੰ ਨਹੀਂ ਨਾ ਪੁੱਛਦੇ ਫਿਰ ਮਾਂ ਪਿਓ ਵੀ ਉਹਨਾਂ ਨੂੰ ਨਹੀਂ ਪੁੱਛਦੇ। ਬਸ ਕਰੋ, ਬਹੁਤ ਹੋ ਗਿਆ, ਹੁਣ ਪਾਣੀ ਮੇਰੇ ਸਿਰੋਂ ਲੰਘ ਚੁੱਕਿਆ ਵਾ। ਅੱਜ ਤਾਂ ਤੁਸੀਂ ਮੈਨੂੰ ਤਾਨਾ ਮਾਰਤਾ ਤੇ ਮੈਂ ਬਾਪੂ ਜੀ ਕਰਕੇ ਚੁੱਪ ਵੀ ਕਰ ਗਈ, ਅੱਗੇ ਤੋਂ ਮੈਨੂੰ ਤਾਨਾ ਮਾਰਨ ਲੱਗਿਆ ਨਾ 100 ਵਾਰੀ ਸੋਚ ਲਿਓ, ਨਹੀਂ ਤਾਂ ਜਿਹੜਾ ਚੰਨ ਮਿੰਦੋ ਨੇ ਚੜਾਇਆ ਨਾ ਬਾਪੂ ਜੀ ਨੂੰ ਦੱਸ ਦੂ ਮੈਂ। ਆ ਕੀ ਕਹੀ ਜਾਂਦੀ ਤੂੰ? ਮੈਂ ਉਹੀ ਕਿਹਾ ਜਿਹੜਾ ਕੁਛ ਤੁਸੀਂ ਸੁਣਦੇ ਪਏ ਹੋ। ਬਹੁਤ ਹੋ ਗਿਆ ਮੰਮੀ ਜੀ, ਆਪਣੀਆਂ ਕੱਛ 'ਚ ਤੇ ਦੂਜੇ ਦੀਆਂ ਹੱਥ 'ਚ, ਤੇ ਮੈਨੂੰ ਕੱਛ 'ਚੋਂ ਗੱਲਾਂ ਹੱਥ ਤੇ ਕੱਢ ਕੇ ਧਰਨੀਆਂ ਵੀ ਆਉਂਦੀਆਂ ਨੇ। ਨਾ ਨਾ ਗਗਨ, ਮੈਂ ਤੇਰੇ ਅੱਗੇ ਹੱਥ ਜੋੜਦੀ ਹਾਂ, ਆਹ ਕੰਮ ਨਾ ਕਰੀ। ਮਸਾਂ ਮੇਰੀਆਂ ਧੀਆਂ ਨੂੰ ਪਿਓ ਦਾ ਪਿਆਰ ਮਿਲਣ ਲੱਗਿਆ, ਕਿਸੇ ਵੀ ਗੱਲ ਕਰਕੇ ਵਿਗਾੜ ਨਾ ਪਾਈ। ਹੁਣ ਆਪਣੀ ਵਾਰੀ ਤੇ ਫੂਕ ਨਿਕਲ ਗਈ, ਅੱਗੇ ਤੋਂ ਮੈਨੂੰ ਕੁਛ ਵੀ ਕਹਿਣ ਦੀ ਕੋਸ਼ਿਸ਼ ਨਾ ਕਰਿਓ।
ਬਹੁਤ ਲੱਗੀ ਹੈ, ਪੌਪਕੋਰਨ ਹੀ ਲਿਆ ਦਿਓ। ਲੈ ਮੈਂ ਹੁਣੇ ਲੈ ਕੇ ਆਇਆ। ਯਾਰ ਇੱਕ ਪੌਪਕੋਰਨ ਦਾ ਟੱਬ ਕਰੀ ਜਲਦੀ, ਮੈਂ ਹੁਣੇ ਆਇਆ। ਤੂੰ ਇੱਥੇ ਕੀ ਕਰਦਾ, ਪਿੱਛਾ ਕਰਦਾ ਮੇਰਾ? ਉਹ ਤੂੰ ਪਿੱਛਾ ਕਰਨ ਤੋਂ ਸਿਵਾਏ ਹੋਰ ਕੁਝ ਛੱਡਿਆ ਹੀ ਨਹੀਂ ਹੈਗਾ। ਪੰਮੀ ਦੱਸ ਕਿੱਥੇ ਆ? ਮੈਂ ਤੈਨੂੰ ਪਹਿਲਾਂ ਵੀ ਕਿਹਾ ਮੈਨੂੰ ਨਹੀਂ ਪਤਾ ਪੰਮੀ ਕਿੱਥੇ ਆ, ਜਦੋਂ ਪਤਾ ਲੱਗੂ ਤੈਨੂੰ ਆਪੇ ਦੱਸ ਦੂੰ। ਦੱਸੂਗਾ ਤਾਂ ਤੇਰਾ ਪਿਓ ਵੀ, ਹੁਣ ਤੂੰ ਦੱਸ ਉਹ ਜਲੂਸ ਤੇਰਾ ਇੱਥੇ ਹੀ ਕੱਢਾਂ ਕਿ ਅੰਦਰ ਜਾ ਕੇ? ਇੱਥੇ ਤੈਨੂੰ ਕੁਛ ਕਰਨ ਦੀ ਲੋੜ ਨਹੀਂ, ਨਾ ਜਲੂਸ ਕੱਢਣ ਦੀ ਲੋੜ ਆ। ਮੈਂ ਇੱਥੋਂ ਫਰੀ ਹੋ ਕੇ ਜਾਂਦਾ, ਮੈਂ ਤੈਨੂੰ ਆਪੇ ਪਤਾ ਕਰਕੇ ਦੱਸਦਾ ਕਿ ਪੰਮੀ ਕਿੱਥੇ ਆ। ਠੀਕ ਹੈ, ਉਹ ਪਤਾ ਤਾਂ ਵੈਸੇ ਮੈਂ ਵੀ ਕਰ ਹੀ ਲੈਣਾ, ਇੱਥੇ ਤਾਂ ਵੈਸੇ ਮੈਂ ਕੋਈ ਹੋਰ ਕੰਮ ਆਇਆ ਸੀ, ਤੈਨੂੰ ਦੱਸਣਾ ਭੁੱਲ ਗਿਆ ਸੀ। ਦੱਸੋ ਕੀ ਦੱਸਣਾ? ਦੇਖ ਗੁੱਸਾ ਨਾ ਕਰੀ, ਇਹ ਪਬਲਿਕ ਦੀ ਡਿਮਾਂਡ ਆ। ਇਹ ਜ਼ਰੂਰੀ ਸੀਗਾ, ਚੱਲ ਹੁਣ ਜਿਹੜਾ ਕੁਛ ਕਰਨਾ ਆ ਕਰ ਲਾ। ਮੈਂ ਗਵਾਂਢੀ, ਗਵਾਂਢੀ ਸੀ ਤੁਹਾਡਾ? ਹਾਂ ਨਾਲ ਦਾ ਗਵਾਂਢੀ। ਭੁੱਖ ਲੱਗੀ ਆ, ਭੁੱਖ। ਰੋਟੀ, ਰੋਟੀ ਹੈਗੀ ਹੈ?
ਰੋਟੀ ਲੱਭਣ ਆਏ ਸੀ, ਹੈਗੀ ਆ ਰੋਟੀ? ਹਾਂ ਮੈਂ ਰੋਟੀ ਦਿੰਦੀ ਹਾਂ, ਬਾਹਰ ਆਓ ਤੁਸੀਂ ਬਾਹਰ ਆਓ। ਹਾਂਜੀ ਰੋਟੀ ਰੋਟੀ ਭੁੱਖ ਲੱਗੀ ਹੈ। ਆਲੋ ਰੋਟੀ ਆਰਾਮ ਨਾਲ ਖਾਓ ਵੀਰ ਜੀ। ਵੀਰ ਜੀ ਵੀਰ ਜੀ ਆ। ਹਾਂਜੀ ਹੋਰ ਰੋਟੀ ਪਈ ਆ, ਮੈਂ ਹੋਰ ਵੀ ਦੇ ਦੂੰਗੀ, ਆਰਾਮ ਨਾਲ ਖਾਓ ਤੁਸੀਂ। ਠੀਕ ਆ ਭੈਣੇ। ਵੀਰੇ ਮੇਰੇ ਕਮਰੇ 'ਚ ਤੁਸੀਂ ਰੋਟੀ ਲੈਣ ਗਏ ਸੀ ਜਾਂ ਕੁਝ ਹੋਰ ਲੱਭਦੇ ਸੀ? ਹੋਰ ਲੱਭਣ ਨੂੰ ਮੈਂ ਕੋਈ ਚੋਰ ਥੋੜੀ ਆ, ਰੋਟੀ ਰੋਟੀ ਲੱਭਦਾ ਸੀ, ਰੋਟੀ ਭੈਣੇ ਰੋਟੀ। ਵੀਰੇ ਆ ਮੈਂ ਤੇਰੇ ਮੂਹਰੇ ਹੱਥ ਜੋੜਦੀ ਹਾਂ, ਮੈਂ ਤਾਂ ਪਹਿਲਾਂ ਹੀ ਦੁੱਖਾਂ ਦੀ ਮਾਰੀ ਹੋਈ ਆ, ਮੇਰੇ ਕੋਲ ਨਾ ਪੈਸੇ ਆ ਨਾ ਗਹਿਣੇ ਆ, ਅੱਗੇ ਤੋਂ ਕਮਰਾ ਖੋਲ ਕੇ ਐ ਅੰਦਰ ਨਾ ਜਾਈ। ਠੀਕ ਆ ਨਹੀਂ ਜਾਂਦਾ ਨਹੀਂ ਜਾਂਦਾ ਭੈਣੇ 100 ਰੁਪਇਆ ਹੈਗਾ ਉਹ ਜ਼ਰੂਰੀ ਚਾਹੀਦੇ ਸੀ। 100 ਨਹੀਂ ਮੇਰੇ ਕੋਲ ਨਹੀਂ ਹੈਗੇ। ਹੈਲੋ। ਹਾਂ ਵੀ ਰਾਂਝੇ ਕਿੱਥੇ ਆ ਤੂੰ? ਉਹ ਤੈਨੂੰ ਪੂਰਾ ਫਿਕਰ ਫੁਕਰ ਹੈ ਮਿੰਦੋ ਦੀ ਕਿ ਨਹੀਂ? ਕਿਉਂ ਕੀ ਹੋਇਆ? ਉਹ ਧੱਕਾ ਹੋ ਗਿਆ ਮਿੰਦੋ ਨਾਲ, ਉਹ ਬਾਪੂ ਜੀ ਨੂੰ ਜਦੋਂ ਪਤਾ ਲੱਗਿਆ ਨਾ ਤੁਹਾਡੇ ਬਾਰੇ, ਉਹ ਬਾਪੂ ਜੀ ਨੇ ਤਾਂ ਮਿੰਦੋ ਦਾ ਰਿਸ਼ਤਾ ਕਿਸੇ ਲੋਬੜ ਜੇ ਬੰਦੇ ਨਾਲ ਪੱਕਾ ਕਰਤਾ। ਜੋ ਕੁਛ ਵੀ ਹੋਇਆ ਮਿੰਦੋ ਦੀ ਹਾਂ ਨਾਲ ਹੀ ਹੋਇਆ ਨਾ। ਉਹ ਤੈਨੂੰ ਕਿਹਨੇ ਕਿਹਾ ਵੀ ਮਿੰਦੋ ਨੇ ਹਾਂ ਕੀਤੀ ਹੈ? ਉਹ ਤਾਂ ਕਮਰੇ 'ਚ ਵੜ ਵੜ ਕੇ ਰੋਂਦੀ ਹੈ ਵਿਚਾਰੀ, ਮਿੰਦੋ ਤਾਂ ਉਹਦਾ ਦੁੱਖ ਦੇਖਿਆ ਨਹੀਂ ਜਾਂਦਾ। ਪਰ ਮਿੰਦੋ ਦੀ ਚਾਚੀ ਤਾਂ ਉਹ ਰਲੇ ਹੋਏ ਨੇ ਸਾਰੇ, ਹੁਣ ਤੂੰ ਹੀ ਕੁਛ ਕਰ। ਮਿੰਦੋ ਤਾਂ ਵਿਚਾਰੀ ਪਛਤਾਉਂਦੀ ਆ ਵੀ ਕਿੱਥੇ ਉਹਨੇ ਕਹਿਤਾ ਵੀ ਬਾਪੂ ਜੀ ਦੀ ਮਰਜ਼ੀ ਨਾਲ ਵਿਆਹ ਕਰਾਊਗੀ। ਉਹ ਮਿੰਦੋ ਨੂੰ ਤਾਂ ਐਂ ਸੀਗਾ ਵੀ ਬਾਪੂ ਮੰਨ ਜੂਗਾ, ਉਹਨੇ ਕਿੱਥੇ ਮੰਨਣਾ। ਬਾਪੂ ਤਾਂ ਇਹਨਾਂ ਦੇ ਛੋਟੇ ਹੁੰਦਿਆਂ ਤੋਂ ਇਹਨਾਂ ਦੇ ਚਾਵਾਂ ਦਾ ਗਲਾ ਘੁੱਟਦਾ ਆ ਰਿਹਾ, ਹੁਣ ਵੀ ਉਹੀ ਕਰ ਰਿਹਾ। ਕਹਿਣ ਨੂੰ ਹੀ ਸਾਰੇ ਕਹਿੰਦੇ ਨੇ ਵੀ ਬਾਪੂ ਬਦਲ ਗਿਆ, ਪਰ ਸੱਚ ਦੱਸਾਂ ਉਹਨੇ ਨਹੀਂ ਕਦੇ ਬਦਲਣਾ। ਜੇ ਮਿੰਦੋ ਇਸ ਵਿਆਹ ਤੋਂ ਖੁਸ਼ ਹੀ ਨਹੀਂ ਤਾਂ ਫਿਰ ਉਹਦੇ ਨਾਲ ਧੱਕਾ ਕਿਉਂ ਕਰਦੇ ਪਏ ਆ? ਉਹੀ ਤਾਂ, ਤੂੰ ਵੀ ਤਾਂ ਹੱਥ ਤੇ ਹੱਥ ਧਰ ਕੇ ਬਹਿ ਗਿਆ, ਕੋਈ ਕੋਸ਼ਿਸ਼ ਨਹੀਂ ਕਰਦਾ ਪਿਆ। ਤੈਨੂੰ ਪਤਾ ਨਾ ਕੋਸ਼ਿਸ਼ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ। ਮੈਂ ਹੁਣ ਕੀ ਕਰ ਸਕਦਾ? ਜੋ ਕੁਛ ਮੈਂ ਕਰ ਸਕਦਾ ਸੀ ਮੈਂ ਸਾਰਾ ਕੁਛ ਕੀਤਾ,
ਪਰ ਹੁਣ ਮੇਰੇ ਹੱਥ ਪੱਲੇ ਕੁਛ ਨਹੀਂ ਹੈਗਾ। ਸਭ ਕੁਛ ਹੋ ਜਾਣਾ, ਤੂੰ ਹਿੰਮਤ ਨਾ ਹਾਰ। ਨਾਲੇ ਤੈਨੂੰ ਇੱਕ ਗੱਲ ਪਤਾ, ਉਹ ਮਿੰਦੋ ਨੇ ਤੈਨੂੰ ਦਿਲੋਂ ਨਾ ਨਹੀਂ ਕੀਤੀ, ਉਹਨੇ ਤਾਂ ਘਰਦਿਆਂ ਦੇ ਦਬਾਅ 'ਚ ਆ ਕੇ ਤੈਨੂੰ ਨਾ ਕੀਤੀ ਹੈ। ਜੇ ਤੂੰ ਮਿੰਦੋ ਨੂੰ ਸੱਚਾ ਪਿਆਰ ਕਰਦਾ ਨਾ, ਤਾਂ ਉਹਨੂੰ ਇਸ ਦਲਦਲ 'ਚੋਂ ਬਾਹਰ ਕੱਢ ਲਾ। ਕਿਵੇਂ ਕੱਢਣਾ ਉਹ ਤੂੰ ਦੇਖ। ਚੱਲ ਹੁਣ ਮੈਂ ਫੋਨ ਰੱਖਦੀ ਹਾਂ। ਮਿੰਦੋ ਦੇ ਨਾਲ ਮੇਰੇ ਹੁੰਦੇ ਹੋਏ ਧੱਕਾ ਮੈਂ ਨਹੀਂ ਹੋਣ ਦਿੰਦਾ, ਨਾ ਧੱਕਾ ਨਾ ਵਿਆਹ। ਵਿਆਹ ਤਾਂ ਮੈਂ ਦੋ ਦਾ ਰਾਂਝੇ ਨਾਲ ਹੀ ਹੋਊ।